ਕਿ ਕੰਸਟੀਚੁਐਂਸੀ ਦੀ ਡਿਵੈਲਪਮੈਂਟ ਵਾਸਤੇ ਨਹੀਂ ਹੈ ਇੱਥੇ। ਮੈਂ ਡਿਵੈਲਪਮੈਂਟ ਵਾਸਤੇ ਹੀ ਹਾਂ ਸਰ। ਆਪਣੇ ਆਪਣੇ ਮਿਨਿਸਟਰ ਦੇ ਔਰ ਬਨੀ ਦੇ ਇੰਟਰਸਟ ਵਾਚ ਕਰਨ ਲਈ ਇੱਥੇ ਹਾਂ। ਬਿਲਕੁਲ ਨਹੀਂ ਸਰ। ਫਾਈਨਲੀ ਕਿਸੇ ਕਿਸੇ ਇੰਟਰਸਟ ਕਿਸੇ ਵੀ ਡਿਵੈਲਪਮੈਂਟ ਚ ਜਿੰਨਾ ਮਰਜ਼ੀ ਸਰਕਾਰ ਦਾ ਜਾਂ ਸਾਡਾ ਨੁਕਸਾਨ ਹੋਵੇ ਤੂੰ ਨਹੀਂ ਇੰਟਰਫੇਅਰ ਕਰਨਾ, ਨਾ ਹੀ ਕੋਈ ਸੜਕ ਬਣੇਗੀ। ਸਰ ਹਾਈ ਕੋਰਟ ਦਾ ਕੇਸ ਹੈ ਜੀ ਇਹਦੇ ਵਿੱਚ। ਹਾਈ ਕੋਰਟ ਨੂੰ ਕਹਿੰਦੇ ਵੀ ਮੰਤਰੀ ਨਹੀਂ ਬਣਨ ਦਿੰਦਾ। ਹਾਈ ਕੋਰਟ ਦਾ ਕੇਸ ਮੈਨੂੰ ਪੜਾਉਣਾ, ਤੇਰੀਆਂ ਸਾਰੀਆਂ ਤੇਰੀਆਂ ਵਕਾਲਤਾਂ ਮੈਂ ਸਾਰੀਆਂ ਪੜੀਆਂ ਹੋਈਆਂ ਸਰ। ਉਹ ਸਾਰੇ ਹਾਈ ਕੋਰਟ ਦਾ ਕੇਸ ਹੈ, ਕਾਰਪੋਰੇਸ਼ਨ ਇਹਦੇ ਵਿੱਚ ਇੰਟਰਫੀਅਰ ਤੂੰ ਨਹੀਂ ਕਰੇਗਾ ਯਾਰ, ਤੂੰ ਨਹੀਂ ਕਰੇਗਾ। ਸਰ ਕਮਾਲ ਦੀ ਗੱਲ, ਮੈਂ ਕਿਸ ਤਰੀਕੇ ਨਾਲ ਉਹ ਕਰ ਸਕਦਾ ਜੀ ਉਹਨਾਂ ਨੂੰ? ਆਪਾਂ ਤੂੰ ਉੱਥੇ ਆ ਫਿਰ ਤੈਨੂੰ ਮੈਂ ਦੱਸਾਂ ਕਿਵੇਂ ਕਰੇਗਾ ਤੂੰ। ਗ੍ਰੀਨ ਬੈਲਟ ਆਪਾਂ ਉੱਥੇ ਅਲੋਟ ਕਰ ਦਿੱਤੀ ਹੈ ਜੀ ਉਹਨਾਂ ਨੂੰ। ਤੂੰ ਮੈਨੂੰ ਪੜਾ ਨਾ, ਉਹ ਸਭ ਤੂੰ ਨਹੀਂ ਕਰੇਗਾ ਮੇਰੇ। ਸਰ ਮੈਂ ਪੜਾ ਨਹੀਂ ਰਿਹਾ, ਮੇਰੀ ਗੱਲ ਇੱਥੋਂ ਹਟਾ ਲੈ ਆਪਣੇ ਬੰਦੇ ਔਰ ਤੂੰ ਵੀ ਚਲੇ ਜਾ, ਮੇਰੀ ਕੰਸਟੀਚੁਐਂਸੀ ਚ ਤੂੰ ਦਖਲ ਨਹੀਂ ਦੇਗਾ। ਸਰ ਕੰਸਟੀਚੁਐਂਸੀ ਚ ਮੈਂ ਦਖਲ ਨਹੀਂ ਦੇ ਰਿਹਾ ਜੀ, ਜੇ ਮੈਂ ਚੀਜ਼ ਕੋਈ ਗਲਤ ਕਰ ਰਿਹਾ ਹੋਵਾਂ ਫਿਰ ਛੁੱਟੀ ਲੈ ਜਾ ਬਾਈ, ਤੈਨੂੰ ਕੁਛ ਨਹੀਂ, ਤੈਨੂੰ ਹਾਈ ਕੋਰਟ ਤੋਂ ਡਰ ਲੱਗਦਾ ਛੁੱਟੀ ਲੈ ਜਾ। ਨਹੀਂ ਮੈਨੂੰ ਹਾਈ ਕੋਰਟ ਤੋਂ ਨਹੀਂ ਹੋਏਗਾ ਸਰ, ਮੈਨੂੰ ਹਾਈ ਕੋਰਟ ਤੋਂ ਡਰ ਮੈਨੂੰ ਕੀ ਜੀ, ਮੈਨੂੰ ਜੋ ਆਰਡਰ ਹੈ ਚਲੇ ਜਾ ਯਾਰ, ਤੈਨੂੰ ਸਮਝ ਨਹੀਂ ਆਉਂਦੀ ਮੰਤਰੀ ਬੋਲਦਾ ਪਿਆ ਤੇਰੇ ਨਾਲ, ਅੱਖੋਂ ਪੜਾਈ ਜਾਂਦਾ ਮੈਨੂੰ। ਕਮਾਲ ਦੀ ਗੱਲ ਹੈ ਸਰ ਤੁਹਾਡੇ ਕੀ, ਮੈਂ ਉਹ ਚੀਜ਼ ਕਰ ਰਿਹਾ ਹੋਵਾਂ ਜਿਹੜੀ ਚੀਜ਼ ਕੋਈ ਆਰਡਰ ਨਾ ਹੋਵੇ, ਫਿਰ ਤਾਂ ਤੁਸੀਂ ਮੈਨੂੰ ਇਸ ਚੀਜ਼ ਵਾਸਤੇ ਮੈਨੂੰ ਕਹੋ ਜਾਂ ਨਾ ਜਾਓ। ਤਮੀਜ਼ ਚ ਰਹਿ, ਤਮੀਜ਼ ਚ ਰਹਿ, ਅੱਗੋਂ ਮੈਨੂੰ ਬਿਲਕੁਲ ਬਦਤਮੀਜ਼ੀ ਪਸੰਦ ਨਹੀਂ, ਚਾਹ ਮੈਨੂੰ ਕੋਈ ਕਾਨੂੰਨ ਫੜਾਵੇ, ਤੇਰਾ ਕਾਨੂੰਨ ਤਾਂ ਮੈਂ ਵੈਸੇ ਨਹੀਂ ਪੜਨਾ। ਸਰ ਮੈਂ ਇੱਦਾਂ ਦੀ ਕੋਈ ਚੀਜ਼ ਨਹੀਂ ਕਰ ਰਿਹਾ ਜੀ, ਜਿਹੜੀ ਚੀਜ਼ ਆਰਡਰ ਦੇ ਮੁਤਾਬਕ ਹੈ ਜੀ ਉਹਦੇ ਮੁਤਾਬਕ ਕਰ ਰਿਹਾ ਜੀ, ਕੋਈ ਗਲਤ ਨਹੀਂ ਕਰ ਰਿਹਾ। ਤੇ ਕਹਿਣਾ ਸਿੱਖ ਤੇ ਇੱਥੋਂ ਹਟ ਜਾ, ਇਹ ਤਾਂ ਪੋਸੀਬਲ ਨਹੀਂ। ਫਿਰ ਆ ਜਾ ਉੱਥੇ, ਮੈਂ ਵੀ ਆਇਆ, ਪੋਸੀਬਲ ਨਹੀਂ। ਚਲੋ ਕੋਈ ਗੱਲ ਨਹੀਂ ਸਰ, ਠੀਕ ਹੈ। ਹਾਂ।